ਅਕਾਲ ਜੀ ਬਾਈ ਸਾਰਿਆਂ ਨੂੰ ਬਾਈ ਠੀਕ ਆ ਕਿਰਪਾ ਬਾਈ ਇਹ ਬਾਈ ਆਪਣੀ ਫੈਮਿਲੀ ਨੂੰ ਲੈਣ ਕੇ ਆਇਆ ਤਾਂ ਇਹ ਵੀ ਪ੍ਰੈਸ਼ਰ ਪਾਪਾ ਬੁਲਾਇਆ ਆਉਂਦਾ ਨਹੀਂ ਦਾ ਨਹੀਂ ਪਹਿਲਾਂ ਪ੍ਰੈਸ਼ਰ ਨਹੀਂ ਯਾਰ ਲੈ ਤੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲਓ ਜੀ ਬਾਈ ਅੱਜ ਪ੍ਰਧਾਨ ਜੀ ਦਾ ਕਿੱਲਾ ਵੱਢ ਕੇ ਆਉਣਾ ਕਿੱਲਾ ਸਵਾ ਕਿੱਲਾ ਕਿੰਨੇ ਆਪਾਂ ਦੇਖਦੇ ਹਾਂ ਪ੍ਰਧਾਨ ਜੀ ਆਏ ਹੋਏ ਹਾਂ ਸਵੇਰ ਦੇ ਅਤੇ ਚਿੰਨਾ ਫੋਰਮੈਨ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਤੇ ਚਿੰਨਾ ਅਤੇ ਮੈਂ ਹੀ ਅੱਜ ਲੱਗੇ ਹੋਏ ਅਤੇ ਇੱਕ ਤਾਂ ਇਹਦੀ ਸੀਪ ਪਾ ਤੀ ਜਿਹੜੀ ਆਪਾਂ ਨਵੀਂ ਕੱਲ੍ਹ ਲਾਈਟ ਭੱਜੀ ਹੋਣ ਕਰਕੇ ਇਹਦੇ ਕੰਨ ਕੁੰਨ ਜਿਹੇ ਲੱਗੇ ਅੱਜ ਉਹ ਕਰਕੇ ਉਹ ਵੀ ਪਵਾ ਤੇ ਅਤੇ ਇੱਕ ਜਿਹੜਾ ਕਟਰ ਵਾਲਾ ਨਟ ਫਰੀ ਤਾਂ ਉਹ ਵੀ ਨਵਾਂ ਲਿਆ ਕੇ ਪਾਤਾ ਥੋੜ੍ਹੇ ਬਹੁਤੇ ਗੁਟਕਿਆਂ 'ਚ ਜਿਹੜੀ ਢਿੱਲ ਮਿੱਛ ਹੋਈ ਸੀ ਉਹ ਵੀ ਸਾਰੀਆਂ ਚੱਕਦੇ ਹਨ ਕਰਤਾ ਹੁਣ ਅਤੇ ਹੁਣ ਅਸੀਂ ਪ੍ਰਧਾਨ ਜੀ ਕੋਲ ਨੂੰ ਚੱਲੇ ਹਾਂ ਉੱਧਰ ਨੂੰ ਲੈ ਕੇ ਚੱਲਦੇ ਹਾਂ ਪ੍ਰਧਾਨ ਜੀ ਦਾ ਟਰੈਕਟਰ ਵੀ ਖੜ੍ਹਿਆ ਇੱਧਰ ਬਾਕੀ ਆਪਣਾ ਜਿਹੜਾ ਫੋਰਮੈਨ ਅੱਜ ਉਹ ਥੋੜ੍ਹਾ ਗਿਆ ਹੋਇਆ ਕਿ ਪਹਿਲਾਂ ਬੰਦੇ ਕਹਿੰਦੇ ਤੇ ਵੀ ਕੱਲ੍ਹ ਨੂੰ ਵੀ ਵੱਢਣੀ ਹੈ ਵੀ ਕੱਲ੍ਹ ਨੂੰ ਫਿਰ ਹੁਣ ਜਦ ਮੈਂ ਹੁਣ ਆਪਾਂ ਕਣਕ ਕੱਲ੍ਹ ਉਹਦੀ ਵੱਢੀ ਆ ਸਾਹਿਬਜੋਤ ਦੀ ਫਿਰ ਅਗਲਾ ਜਦ ਟਰਾਲੀ 'ਚ ਦੇਖਦਾ ਆ ਉੱਥੇ ਮੰਡੀ 'ਚ ਫੁੱਲਣੀ ਪੈਂਦੀ ਹੈ ਕਣਕ ਅਗਲਾ ਕਹਿੰਦਾ ਇਹਦੇ ਨਾਲ ਖੜਾ ਕੇ ਰੱਖ ਲਏ ਇੱਕ ਦੋ ਦਿਨ ਬਾਈ ਅਟਕ ਕੇ ਵੱਢ ਲੈਂਦੇ ਆ ਵੀ ਉੱਥੇ ਵੀ ਫੁੱਲ ਹੀ ਰਹਿੰਦੀ ਆ ਫਿਰ ਤੁਹਾਨੂੰ ਪਤਾ ਜਾ ਉੱਥੇ ਫੋਲਦੇ ਆ ਫਿਰ ਟਰੈਕਟਰ ਨਾਲ ਜਾਂ ਕਦੇ ਉਹਦੇ ਨਾਲ ਜਿਹੜਾ ਦੁੱਧ ਦਾਣਾ ਹੁੰਦਾ ਮੋਟਾ ਮੋਟਾ ਜਿਹਾ ਜਦੋਂ ਉਹਦੇ ਪਰ ਟਰੈਕਟਰ ਘੁੰਮਦਾ ਜਾਂ ਕੋਈ ਉਹ ਫਿਰ ਉਹ ਪਿਚਕ ਜਾਂਦਾ ਜਾਂ ਫਿਰ ਪੱਖਾ ਲਾਉਂਦਾ ਸਾਰਾ ਮਤਲਬ ਉਹਦਾ ਦੁੱਧ ਜਿਹਾ ਨਿਕਲਣ ਕਰਕੇ ਉਹ ਫੋਕਾ ਜਿਹਾ ਉਡਾ ਦਿੰਦਾ ਉਹ ਵਜਨ ਆਪਣਾ ਹੀ ਘੱਟਦਾ ਜੀ ਕਹਿੰਦੇ ਵੀ ਇੱਕ ਅੱਧਾ ਨਹੀਂ ਰੁਕੋ ਹੌਲੀ ਹੌਲੀ ਪਹਿਲਾਂ ਹੁਣ ਟਮਾਟਰ ਲਾ ਕਿੱਲੇ ਆ 2 ਕਿੱਲੇ ਏਕੜਾਂ ਚੱਲਣੇ ਆ ਫਿਰ ਫੋਰਮੈਨ ਆਪਣਾ ਗਿਆ ਹੋਇਆ ਘਰ ਅਤੇ ਕੰਮ ਸੀ ਉਹਨੂੰ ਮੈਂ ਫਿਰ ਉਹਨੂੰ ਮੈਂ ਚਲਾ ਕਿੱਲਾ ਜਿਹੜਾ ਇਹਦਾ ਮੈਂ ਵੱਢ ਲੂੰਗਾ ਬਾਕੀ ਮੋਟਰਸਾਈਕਲ ਇੱਥੇ ਖੜ੍ਹਿਆ ਉਹਦਾ ਅਤੇ ਆ ਜਾਣਾ ਉਹਨੇ ਵੀ ਕਹਿੰਦਾ ਮੈਂ ਕਿਹਾ ਚੱਲ ਸ਼ਾਮ ਤੱਕ ਦੇਖਣੀ ਜਦ ਮਰਜ਼ੀ ਆ ਜਾਈ ਇੱਕ ਕਿੱਲਾ ਤਾਂ ਸੀ ਉਹ ਵੱਢਿਆ ਹੋਣਾ ਮਸ਼ੀਨ ਕਰਤੀ ਰੇੜੀ ਫੋਰਮੈਨ ਆਪਣਾ ਪ੍ਰਧਾਨ ਜੀ ਦਾ ਖੜ੍ਹਿਆ ਇੱਧਰ ਟਰੈਕਟਰ ਅਤੇ ਮੁੰਡੇ ਲੱਗੇ ਹੋਏ ਇੱਧਰ ਰਸਤਾ ਬਾਹਰ ਆ ਬਾਈ ਪੰਚਾਇਤ ਵਾਲਾ ਸਾਰਾ ਸਮਾਨ ਜਾਓ ਕਰਵਾ ਉੱਧਰ ਉੱਧਰ ਮੈਂ ਕਿਹਾ ਕਰੋ ਇਹਨੂੰ ਤਾਂ ਕਟਰ ਕੁਟਰ ਖੋਲ੍ਹਣਾ ਔਖਾ ਹੋ ਜਾਂਦਾ ਹੁਣ ਟਰੈਕਟਰ ਨਾਲੇ ਲੈ ਕੇ ਜਾਣਾ ਪੈਂਦਾ ਟਰੈਕਟਰ ਨਾਲੇ ਲਿਆਉਣਾ ਪੈਂਦਾ ਇੱਥੇ ਫਿਰ ਬੈਕ ਬੁੱਕ ਨਹੀਂ ਲੱਗਦਾ ਅਤੇ ਬਾਕੀ ਰਸਤੇ ਵੀ ਹਾਲੇ ਹੈ ਨਹੀਂ ਪ੍ਰਧਾਨ ਜੀ ਦੇ ਵੀ ਆਪਣੇ ਟਰੈਕਟਰ ਨਾਲੇ ਜਾਊਗਾ ਕਟਰ ਫਿਰ ਇੱਕ ਨਾਲ ਟਰਾਲਾ ਲੈ ਕੇ ਜਾਊਗਾ ਇਹ ਆਪਣੇ ਨਾਲ ਟਰਾਲਾ ਲੈ ਕੇ ਜਾਣਾ ਸੀ ਇਹਦਾ ਵੀ ਪੱਤੀ ਖੋਲ੍ਹ ਕੇ ਡਾਲਾ ਡੁੱਲਾ ਲਾ ਤਾ ਕਿ ਹੁਣ ਆਪਣਾ ਲੱਗ ਗਿਆ ਫਰਸ਼ ਫੁਰਸ਼ ਇਹਦਾ ਵਧੀਆ ਹੁਣ ਦਾਣੇ ਖਿੰਡਣੇ 'ਤੇ ਵੀ ਕੋਈ ਡਰ ਨਹੀਂ ਹੈਗਾ ਇਹ ਤਾਂ ਪਹਿਲਾਂ ਐਡਾ ਗਲੀਆਂ ਜਿਹੇ ਦੇ ਇਹਦੇ ਉਹਦਾ ਡਰ ਤਾ ਅਤੇ ਚਾਹ ਪਿਲਾ ਤੀ ਪ੍ਰਧਾਨ ਜੀ ਨੂੰ ਮੈਂ ਕਿਹਾ ਚਾਹ ਪੀ ਪਹਿਲਾਂ ਅਤੇ ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖੀ ਹੋ ਬਾਈ ਇੱਕ ਘੰਟਾ ਬਸ ਅਸੀਂ ਡੇਢ ਪੌਣੇ 2 ਘੰਟੇ ਇੱਕ ਕਟਰ ਪਿੱਛੇ ਹੈਰਾਨ ਹੋ ਗਏ ਐਕਣਾ ਵੀ ਹੋ ਜਾਂਦਾ ਕੋਈ ਬਾਈ ਕੰਮ ਸਿਰਫ 5 ਮਿੰਟ ਦਾ ਤਾ ਅਤੇ ਇੱਕ ਕਟਰ ਕਰਕੇ ਔਖਾ ਹੋ ਗਿਆ ਆਖੜਿਆ ਪ੍ਰਧਾਨ ਜੀ ਦਾ ਟਰੈਕਟਰ ਅਤੇ ਬਾਕੀ ਉਹ ਟਰਾਲਾ ਹੁਣ ਲਾ ਤਾ ਡਾਲਾ ਦੇ ਚੱਲਦੇ ਹਾਂ ਇਹਨੂੰ ਵੀ ਅਤੇ ਪ੍ਰਧਾਨ ਜੀ ਕਹਿੰਦਾ ਬ੍ਰੇਕ ਨਹੀਂ ਹੈਗੇ ਅਤੇ ਮੈਂ ਕੋਈ ਗੱਲ ਨਹੀਂ ਹੁਣ ਇਹਦਾ ਬ੍ਰੇਕ ਓਇਲ ਪਵਾਇਆ ਥੋੜ੍ਹਾ ਜਿਹਾ ਮੰਗਾ ਥੋੜ੍ਹਾ ਲੀਕ ਕਰਦਾ ਕਹਿੰਦਾ ਦਿਖਾਉਣਾ ਪ੍ਰਧਾਨ ਜੀ ਨੂੰ ਵੀ ਕੋਈ ਹੋਰ ਵਧੀਆ ਟਰੈਕਟਰ ਬਾਈ ਦੱਸੋ ਕੋਈ ਹੋਵੇ ਛੋਟਾ ਪ੍ਰਧਾਨ ਜੀ ਨੇ ਲੈਣਾ ਕੋਈ ਆਪਣੇ ਕਿਸੇ ਵੀਰ ਕੋਲ ਹੋਵੇ ਦਵਾਉਂਦੇ ਇਹਨੇ ਚੇਂਜ ਨਹੀਂ ਕਰਨਾ ਹੈਗਾ ਬਾਕੀ ਆਹ ਨਟ ਕਰਕੇ ਸਾਨੂੰ ਸਾਰਾ ਪੰਗਾ ਪਿਆ ਕੱਲ੍ਹ 2 ਘੰਟੇ ਹੈਰਾਨ ਹੋ ਗਏ ਇੱਧਰ ਡਰਮ ਮਸ਼ੀਨ ਜਿਹੜੇ ਜ਼ਿਆਦਾ ਹੈ ਆਹ ਨਟ ਨਵਾਂ ਲਿਆ ਕੇ ਪਾਇਆ ਜਿਹੜਾ ਆਹ ਲੱਗਿਆ ਹੋਇਆ ਇਹਦੇ ਕਰਕੇ ਆਹ ਕਟਰ ਨਿਕਲ ਗਈ ਇਹਦੇ ਕਰਕੇ ਸਾਰਾ ਪੰਗਾ ਪੈ ਗਿਆ ਕੱਲ੍ਹ ਸੀਪੀ ਪਾ ਤੀ ਆਪਾਂ ਨਵੀਂ ਪਿੱਛੇ ਵਾਲੀ ਆਹ ਪਾਈ ਆ ਬਾਈ ਇਹਦੇ ਕੰਨ 'ਚ ਕੱਲ੍ਹ ਵੈਲਡਿੰਗ ਕਰਕੇ ਰਹਿ ਗਏ ਅਤੇ ਇੱਕ ਉੱਥੇ ਵਾਲੀ ਪੱਤੀ ਲੱਗਣੀ ਸੀ ਆਹ ਲਵਾ ਲਵੋਗੇ ਹੁਣ ਆਪਾਂ
ਇਹ ਸਾਰਾ ਓਕੇ ਹੋ ਗਿਆ ਅਤੇ ਆਹ ਗੁਟਕੇ ਅੱਜ ਫਿਰ ਹੱਥ ਮਾਰਤੇ ਢਿੱਲ ਮਿਸ਼ਰ ਹੋ ਜਾਂਦੇ ਬਾਈ ਨਵੀਆਂ ਕਰੈਂਕਾਂ ਪਾਈ ਤੀਆਂ ਇਹ ਅਤੇ ਹੁਣ ਥੋੜ੍ਹੇ ਥੋੜ੍ਹੇ ਹੋਰ ਢਿੱਲੇ ਕਰਤੇ ਬਾਕੀ ਦੋ ਚਾਰ ਦਿਨ ਚੱਲ ਕੇ ਫਿਰ ਐਨ ਆਪਣੇ ਕਾਸੇ ਪਾਊਂਗੇ ਇਹ ਚੱਲਦੇ ਹਾਂ ਫਿਰ ਬਾਈ ਲੈ ਕੇ ਬਾਕੀ ਪ੍ਰਧਾਨ ਜੀ ਵੀ ਬਾਹਰ ਹੀ ਖੜ੍ਹੇ ਆ ਉਹਨਾਂ ਕੋਲ ਲਓ ਬਾਈ ਪ੍ਰਧਾਨ ਵਾਲੇ ਟਰੈਕਟਰ ਨਾਲ ਆਹ ਲੈ ਕੇ ਜਾਊਂਗੇ ਹੈਂ ਪ੍ਰਧਾਨ ਦਾ ਦੇਖ ਲਾ ਅਤੇ ਇੱਧਰ ਬਦਰੀ ਕਰਨ ਲੱਗੇ ਹੋਏ ਆ ਇੱਥੇ ਤਾਰੀ ਉਹ ਰਸਤੇ 'ਚੋਂ ਕੱਢ ਕੇ ਪਿੱਛੇ ਚੜ੍ਹਾ ਦੇ ਪਿੱਛੇ ਮੂਹਰੇ ਹੀ ਕਰਤੀ ਤੁਸੀਂ ਜਾਣਦੇ ਮਗਰ ਜਾਣਦੇ ਜਾਣਦੇ ਹੋਰ ਜਾਣਦੇ ਮਾੜਾ ਜਾਣਦੇ ਪਿੱਛੇ ਨੂੰ ਅੱਗੇ ਕਰਕੇ ਲਿਆ ਜ਼ੋਰ ਨਾਲ ਜਾਣਦੇ ਬਸ ਆ ਬਾਈ ਮਿਲੋ ਜੀ ਪ੍ਰਧਾਨ ਜੀ ਨੂੰ ਪ੍ਰਧਾਨ ਕਹਿੰਦੀ ਪਾਰਟੀ ਅੱਜ ਇਹ ਕਹਿੰਦਾ ਬਸ ਵੜ ਦੇ ਵੀ ਉਹ ਕੰਮ ਨਾ ਕਰਦੀ ਵੀ ਜੀਰੀ ਵਾਲਾ ਕੰਮ ਨਾ ਹੋ ਜਾਵੇ ਕਹਿੰਦਾ ਧੁੱਪ ਦੁਪਹਿਰ ਵਾਲਾ ਟਾਈਮ ਹੋ ਗਿਆ ਉਹੀ ਹੈ ਜੀਰੀ ਨੂੰ ਮੀਂਹ ਪੈਣ ਲੱਗ ਗਿਆ ਤਾਂ ਬਾਈ ਇੱਕਣਾ ਚਲੋ ਚੱਲਦੇ ਹਾਂ ਬਾਈ ਕਟਰ ਪਾਉਣ ਲੱਗਾ ਪ੍ਰਧਾਨ ਇੱਕ ਆਹ ਪਾਹੀ ਠੀਕ ਹੈ ਜਿੰਨਿਆ ਜਿਹਨੂੰ ਐ ਚੌੜੀ ਪੂਰੀ ਬਾਈ ਪਾਹੀ ਜਿਹਨੂੰ ਪੂਰਾ ਕਟਰ ਲੱਗਿਆ ਵੀ ਐਂ ਖੁੱਲਾ ਡੁੱਲਾ ਜਾਂਦਾ ਉਹ ਸਾਹਮਣੇ ਜਗਦੀਪ ਦੇ ਖੇਤ ਆ ਗਏ ਆਹ ਪ੍ਰਧਾਨ ਜੀ ਦਾ ਆ ਗਿਆ ਇੱਥੇ ਤਾਂ ਆਪਾਂ ਪ੍ਰਧਾਨ ਜੀ ਦੇ ਖੇਤ ਵੱਲ ਨੂੰ ਮੁੜ ਜਾਣਾ ਆਹ ਪਾਹੀ ਐਨ ਪੂਰੀ ਚਾਰ ਇਕੱਠੇ ਦੀ ਚਾਰ ਤੇ ਵੀ ਵੱਧੇ ਹੋਣੀ ਇਹ ਪਰ ਇੱਧਰ ਨੂੰ ਤੰਗ ਹੋ ਗਈ ਉਨੀ ਉਹ ਹੈਂ ਚਲ ਐਂ ਤਾਂ ਫਿਰ ਹੁੰਦੀ ਉਹ ਆਪਣੇ ਆਪਣੇ ਪਰ ਬੜਾ ਤਾਂ ਠੀਕ ਹੈ ਨਾ ਰਸਤਾ ਉਹ ਲੈ ਗਿਆ ਪ੍ਰਧਾਨ ਜੀ ਕਟਰਾ ਉਹ ਖੜਿਆ ਲੈ ਕੇ ਹੈਂ ਪ੍ਰਧਾਨ ਜੀ ਨੇ ਵੀ ਬੂਟੇ ਫਿਰ ਨੇੜੇ ਲਾਤੇ ਅਗਲਾ ਸੋਚਦਾ ਵੀ ਪਹੀ ਆ ਗਈ ਵਿਚਾਲੇ ਹੈ ਪਹੀ ਦੇ ਵੀ 5 ਫੁੱਟ ਪਿੱਛੇ ਰੱਖਣੇ ਚਾਹੀਦੇ ਆ ਦੋਹੇ ਸਾਈਡਾਂ ਦੇ ਫਿਰ ਵਧੀਆ ਰਹੂਗਾ ਹਾਂ ਆਹ ਪ੍ਰਧਾਨ ਜੀ ਨੇ ਨੀਵੀਂ ਜਗ੍ਹਾ ਤੇ ਬਾਈ ਜਿੱਥੇ ਨੂੰ ਪਾਣੀ ਪੈਂਦਾ ਉਹਦਾ ਗੰਨਾ ਲਾਤਾ ਜਗਦੀਪ ਦਾ ਗੰਨਾ ਇੱਕ ਨੰਬਰ ਆ ਜਗਦੀਪ ਇੱਕ ਨੰਬਰ ਆਹ ਚੱਲਦੀ ਹੈ ਤੜਾਈ ਦਾ ਕੰਮ ਨਾਲ ਦੀ ਨਾਲ ਆਹ ਤੰਗ ਕਰਦੇ ਆ ਬਾਈ ਜਦ ਦੋਹੇ ਸਾਈਡ ਬੂਟੇ ਬੜੇ ਆ ਜਾਂਦੇ ਨਾ ਆਹ ਟਾਹਣੀਆਂ ਵੀ ਗੱਬੇ ਆ ਜਾਂਦੀਆਂ ਤੇ ਇੱਧਰ ਵਾਲੀਆਂ ਵੀ ਜੀਰੀ ਦੇ ਟਾਈਮ ਤਾਂ ਹੋਰ ਵੀ ਔਖਾ ਹੋ ਜਾਂਦਾ ਜਦ ਪੂਰੀ ਹੋਈ ਵੀ ਆਉਂਦੀਆਂ ਹੁਣ ਤਾਂ ਐਂ ਫੁੱਟਦੇ ਆ ਇਹ ਛੋਟੇ ਆ ਬੂਟੇ ਤਾਂ ਔਖਾ ਚੱਲ ਜਾਂਦਾ ਬਾਅਦ 'ਚ ਔਖਾ ਹੋ ਜਾਂਦਾ ਹਲੇ ਕਣਕਾਂ ਬਾਈ ਪਛੇਤੀਆਂ ਤਾਂ ਜ਼ਿਆਦਾ ਹੀ ਹਰੀਆਂ ਏ ਬਾਕੀ ਇੱਥੇ ਜਵੀ ਬੀਜੀ ਦੀ ਪ੍ਰਧਾਨ ਦੇ ਆਪਾਂ ਸੁਪਰ ਸੀਡਰ ਲਾਉਣਾ ਉਰੇ ਕਨਵਾਂ ਲਾਤੇ ਆ ਪ੍ਰਧਾਨ ਜੀ ਨੇ ਦੋ ਬੂਟੇ
ਅੱਧੇ ਟੁੱਟਣੇ ਆ, ਦੋ ਜ਼ਿਆਦਾ ਨਹੀਂ, ਦੋ ਟੁੱਟਣੇ ਆ, ਜ਼ਿਆਦਾ ਨਹੀਂ ਟੁੱਟਣੇ। ਪਹਿਲੀ ਛੱਡੀ ਵੀ ਆ ਜਗ੍ਹਾ, ਪ੍ਰਧਾਨ ਨੇ ਪਹਿਲੀ ਜਗ੍ਹਾ ਛੱਡੀ ਹੋਈ ਆ। ਲਓ ਬਈ ਆ ਪਹੀ ਬਰੇ ਪਾਉਣਾ ਪੈਣਾ ਪ੍ਰਧਾਨ ਜੀ ਦੇ, ਜੀਰੀ ਨੂੰ ਵੀ ਇੱਥੇ ਲੱਗਿਆ ਤਾ, ਤੇ ਹੁਣ ਕਣਕ ਨੂੰ ਵੀ ਆ, ਸਾਹਮਣੇ ਵਾਲੀ ਕਣਕ ਵੱਢਣੀ ਆ। ਮੌਸਮ ਦਾ ਫਰਕ ਆ, ਉੱਪਰ ਨੂੰ ਦੇਖਦੇ ਵੀ ਕਿਧਰੇ ਬੱਦਲ ਨਾ ਆ ਜਾਵੇ। ਪਿਛਲੀ ਵਾਰ ਉਹਨੇ ਦੋਵੇਂ ਗੇੜੇ ਦੇਤੇ ਹੈ, ਬਦਲੀ ਵੀ ਪ੍ਰਧਾਨ ਦੇ ਸਿਰ ਦੇ ਪਾ ਖੇਤ ਦੇ ਉੱਪਰ ਉੱਪਰ। ਅੱਜ ਵੀ ਡਰਿਆ ਬੈਠਿਆ ਰਿਹਾ, ਕਹਿੰਦੇ ਤੁਸੀਂ ਦੁਪਹਿਰ ਨੂੰ ਵੀ ਮੀਂਹ ਪਵਾ ਦਿੰਦੇ ਆ। ਲੈ ਬਈ ਪਹੁੰਚ ਗਏ ਖੇਤ ਚ ਪ੍ਰਧਾਨ ਜੀ, ਅੱਜ ਤਾਂ ਨੀ ਆਉਂਦਾ ਕਿਧਰੇ ਦੇ, ਅੱਜ ਕਿਤੇ ਨੀ ਹੈਗਾ ਬਈ ਹਰੇ ਦਾ। ਹਾਂ ਪਹਿਲਾਂ ਜਦ ਵੀ ਨੀ ਦਾ ਹੋਰ ਕਿਆ, ਮੈਂ ਤਾਂ ਮਛੋੜੇ ਕਿ ਨਹੀਂ ਦੇਖਿਆ ਵੀ ਹੈ ਤਾਂ ਨੀ ਕਿਤੇ, ਕਿੰਨੇ ਉਦਣ ਇੱਧਰ ਦੀ ਆਇਆ ਹਨਾ। ਜੀਰੀ ਦੇ ਟਾਈਮ ਪ੍ਰਧਾਨ ਤੇ ਆਈ ਵਾਰ ਪੈਂਦਾ, ਆਈ ਵਾਰ ਹੋਰ ਕਿਆ, ਦੋ ਦੋ ਤਿੰਨ ਦਿਨ ਹੋ ਗਏ ਸਾਨੂੰ ਦੇਖਦੇ ਨੇ ਪ੍ਰਧਾਨ ਜੀ। ਆ ਇੱਕ ਇੱਕ ਬਾਜਰੇ ਜੀ ਨੂੰ ਚਲੇ ਜਾਂਦੇ ਟਾਇਰ, ਕੋਈ ਗੱਲ ਨਹੀਂ ਕਿਸੇ ਦੋਏ ਕੱਢਦੇ, ਨਾ ਨਾ ਇੱਕ ਕੱਢਣਾ ਹੈ, ਕੋਈ ਗੱਲ ਨਹੀਂ ਆ ਖੇਤ ਵੱਢਣਾ ਪ੍ਰਧਾਨ ਜੀ ਦਾ। ਠੀਕ ਆ ਰਸਤਾ, ਠੀਕ ਆ ਆ ਤਾਂ ਠੀਕ ਆ, ਪਿੱਛੇ ਉਹ ਤੇ ਹਾਂ ਕਟਰ ਦੇ ਬਗੈਰ ਆਊਗੇ। ਹਾਂ ਹਾਂ ਘੁਮਾ ਦੋ ਮੜਾ ਇਹਨੂੰ। ਵਾਹ ਬਾਈ ਜਗਦੀਪ ਸਿੰਘ ਮਾਰਦਾ ਹਰਿਆ ਹੀ ਗੰਨਾ ਤੇਰਾ, ਬਾਕੀ ਪਰਾਂ ਤੇ ਦਿਖਾ ਦਿੰਦਾ ਨੇੜੇ ਜਾ ਕੇ, ਜੇ ਪਰਾਂ ਕੱਟ ਲਾਊਂਗਾ ਉਹ ਉੱਥੇ ਦੇਖੀ ਜਾ ਇੰਗਲੈਂਡ ਬੈਠਿਆ। ਆਹ ਹਰੀ ਬਹੁਤ ਆ, ਤਾਂ ਬਾਅਦ 'ਚ ਬੀਜੀ ਆ ਜਵੀ ਤੋਂ ਬਾਅਦ, ਜਵੀ ਵੀ ਬਹੁਤ ਹੋਈ ਹੋਈ ਆ ਪ੍ਰਧਾਨ ਦੇ। ਲਓ ਬਾਈ ਭਾਈ ਮੈਂ ਪਾ ਲਿਆ ਕੱਟਰ, ਬਾਈ ਇੱਕ ਟਾਇਰ ਤਾਰ ਦਿਓ, ਗਰਮੀ ਇੰਨੀ ਹੋ ਗਈ ਕਹਿੰਦੇ ਹੱਥ ਫੂਕਦੇ ਹੈ ਪ੍ਰਧਾਨ ਜੀ। ਲਓ ਬਾਈ ਹੁਣ ਆਪਾਂ ਪੜ੍ਹਦੇ ਹਾਂ, ਕਰਦੇ ਹਾਂ ਸਟਾਰਟ, ਲੈ ਕੇ ਰੱਬ ਦਾ ਨਾਮ। ਆਹ ਖੜਿਆ ਹੋਵੇ ਪੁਰਾਣਾ ਖੁੰਡ, ਪ੍ਰਧਾਨ ਜੀ ਜਾਓ ਰੱਬ ਨੂੰ ਮਹਾਰਾਜ ਕਰੋ ਕਿਰਪਾ। ਠੀਕ ਆ ਕੰਨਾ
ਵਧੀਆ ਹੋ ਗਿਆ ਨਾ ਕੰਮ ਦਾ। ਸਵੇਰੇ ਪਹੁੰਚਿਆ ਜੀ ਮੈਂ ਵੀ ਪੂਰਾ ਹੁਣ ਮੈਂ ਤਾਂ ਵੀਰ ਜੀ ਤੇਲ ਪਵਾ ਕੇ ਲੈ ਗਿਆ ਟਰੈਕਟਰ 'ਚ ਫਿਰ ਆਇਆ ਅੰਦਰ ਮੈਂ ਦੇਖ ਕੇ ਟਰਾਲੀ ਨੂੰ ਕਣਕ ਸਾਫ ਆ ਬਿਲਕੁਲ ਕਰੋ ਚੈੱਕ ਮੈਂ ਸਾਫ ਆ ਨਾ ਪੂਰੇ ਟਾਈਮ ਸਿਰੇ ਪਹੁੰਚਿਆ ਮੈਂ ਵੀ ਹੈ ਪੂਰੇ ਟਾਈਮ ਸਿਰ ਮੈਨੂੰ ਹੁਣ ਜਾਂ ਖਾਲਜੀ ਟਪਾਉਣ ਲੱਗਿਆ ਡਰ ਲੱਗਦਾ ਤਾ ਖਾਲਜੀ ਟਪਾਉਣ ਨੂੰ ਲੋਹ ਲਾ ਕੇ ਟਪਾਈ ਮੈਂ ਆਰਾਮ ਨਾਲ ਮੈਂ ਕਿਹਾ ਹੌਲੀ ਹੌਲੀ ਟਪਾਵਾਂ ਖਾਲ ਹਾਂਜੀ ਵਧੀਆ ਕਣਕ ਤਾਂ ਸਾਫ਼ ਹੈ ਨਾ ਸਾਫ਼ ਆ ਮੈਂ ਕਿਹਾ ਸਾਫ਼ ਆ ਦਾਣਾ ਬਥੇਰਾ ਮੋਟਾ ਹਨਾ ਹਾਂਜੀ ਇਹਨਾਂ ਦਾ ਵੀ ਫਰਕ ਆ ਥੋੜਾ ਜਿਹਾ ਦੋ ਢਾਈ ਕੁਆਟਰ ਇਹਨੇ ਝੜਦੀ ਆ ਅੱਛਾ ਜੀ ਹਾਂ ਜੀ ਠੀਕ ਆ ਸਾਡੇ ਵੀਰ ਇਹ ਇਹ ਜਿਹੜੀ ਝਾੜੀ ਪਈ ਆ ਆ ਦੇ ਦਾਣੇ ਆ ਦੇਖ ਪਏ ਆ ਦੇਖ ਲੈ ਇਹਨਾਂ ਨੇ ਬਹੁਤ ਝਾੜੀ ਆ ਜਦੇ ਲੱਗ ਗਏ ਉਹਨੇ ਬਸ ਆ ਗਏ ਨਾ ਜਦੇ ਤੈਨੂੰ ਵੀ ਠੀਕ ਦੇ ਦੇ ਹਾਂ ਰੁਕੇ ਤਾਂ ਨਹੀਂ ਰੁਕੇ ਤਾਂ ਨਹੀਂ ਹੈਗੇ ਚੱਲੇ ਤਾਂ ਰਹੇ ਆ ਟਾਈਮ ਸਿਰੇ ਪਹੁੰਚਿਆ ਪੂਰੇ ਪੂਰੇ ਹੀ ਯਾਰੀ ਹੌਲੀ ਕਰਤੀ ਫਿਰ ਅੱਛਾ
ਉੱਧਰ ਬੈਠ ਗਏ ਸ਼ਾਮਾਂ 'ਚ ਚਲੋ ਚੱਲਦੇ ਆ ਉੱਧਰ ਨੂੰ ਪਾਲਾਂਗੇ ਥੋੜ੍ਹਾ ਜਿਹਾ ਵਿੱਚ ਉਹ ਆ ਰਹੇ ਜੇ ਦਾਣੇ ਕਹਿੰਦਾ ਮੈਂ ਡੰਡੇ ਦਾ ਝਾੜ ਦੀਆਂ ਬਾਅਦ ਚ ਚੜ ਜਾਓ ਮਿੰਟ ਲਾਓ ਅੱਛਾ ਖੰਬੇ ਪਾ ਚੜ ਹੋ ਜਾਂਦਾ ਦਰਖਤਾਂ ਪਾ ਨਹੀਂ ਹੁਣ ਚੜ ਹੁੰਦਾ ਦੇਖੀਏ ਕਿੰਨੇ ਕੁ ਦਾਣੇ ਨਿਕਲਦੇ ਕਿੰਨੇ ਕੁ ਨਿਕਲਦੇ ਦਾਣੇ ਵੇਖੀਏ ਪਿਛਲੀ ਵਾਰੀ ਮੈਂ ਚੂਹੇ ਨਾ ਨਿਕਲੇ ਹੁਣ ਦੇਖੀਏ ਕਿੰਨੇ ਕੁ ਦਾਣੇ ਨਿਕਲਦੇ ਕਹਿੰਦੇ ਪਿਛਲੀ ਵਾਰੀ ਚੂਹੇ ਨਿਕਲੇ ਇੱਥੇ ਉਰੇ ਦੇ
ਨਿਕਲਿਆ ਤਾਂ ਲੱਗਦਾ ਕਰ ਲੋ ਕਰ ਲੋ ਸੁੱਕੀ ਆ ਚੱਲ ਥੋੜੇ ਜੇ ਆ ਗਏ ਜਿਹੜੇ ਠੀਕ ਆ ਹੈਗੇ ਹੋਰ ਚੱਕਣ ਵਾਜੀ ਨਹੀਂ ਚੱਕਣ ਦੇ ਪੰਨੀ ਲਾਵਾਂ ਚੱਕ ਕੇ ਨਹੀਂ ਪੰਨੀ ਲਿਆ ਟੋਟਾ ਲਿਆ ਬੜਾ ਜਾਓ ਸਿੰਨਿਆ ਆਖੇ ਦਾ ਬਾਤ ਚੱਲ ਟੋਟਾ ਰੱਖੀਏ ਕਿਆ ਦਾ ਪਾਗਲ ਆ ਪੱਕਾ ਇਹ ਸਹੀ ਗੱਲ ਹੈ ਕਈ ਵਾਰ ਕੋਈ ਦਰਦ ਹੋ ਸਕਦਾ ਨਹੀਂ ਨਾ ਹਾਂ ਕਿਤੇ ਨਹੀਂ ਨਹੀਂ ਦੇ 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 ਯਾਰ ਹਾਂਜੀ ਲੱਦ ਲਈ ਇਹਨੇ ਨੂੰ ਅੱਗੇ ਵੀ ਜਾਣਾ ਕਿਤੇ ਹੁਣ ਅੱਗੇ ਦੇਖਦੇ ਯਾਰ ਕੱਲ ਨੂੰ ਤਾਂ ਸਮਰਾਲੇ ਜਾਣਾ ਸਮਰਾਲੇ ਦੇ ਫੋਨ ਆਇਆ ਹੋਇਆ ਅੱਜ ਜਿਹੜਾ ਮੈਂ ਕੱਲ ਨੂੰ ਕਿਹਾ ਉਹਨਾਂ ਨੂੰ ਕਹਿੰਦਾ ਵੀ ਯਾਰ ਕੱਲ੍ਹ ਵੀ ਤਾਂ ਬਣਾਉਣੇ ਅੱਜ ਬਣਾ ਲਓ ਦੋ ਡੇਰੀ ਉਹ ਤੇਰੇ ਉਹਨਾਂ ਦੇ ਧੀਂਦੇ ਦੇ ਜਿੱਥੇ ਰਿਸ਼ਤੇਦਾਰਾਂ ਰਹਿੰਦੇ ਨੇ ਉੱਥੇ ਕਿਹਨੇ ਮੈਂ ਤੈਨੂੰ ਕਿਹਾ ਤਾਂ ਇਹਨੂੰ ਆਖ ਰਿਹਾ ਕਿ ਕੱਲ੍ਹ ਕਰਦੇ ਹਾਂ ਬੈਠਾ ਕੱਲ੍ਹ ਕਰੀਆਂ ਰਾਤ ਨੂੰ ਨਹੀਂ ਖਾਂਦੇ ਆ ਉਹ ਦੁਬਾਰੇ ਉਹ ਕਰਦੇ ਨਹੀਂ ਹੈਗੇ ਕਿਹਨੇ ਯਾਰ ਆਹ ਗੱਲ ਗਲਤ ਹੈ ਤੇਰੀ ਨਾ ਯਾਰ ਬਿੱਠਾ ਨਹੀਂ ਰਹਿਣੀਆਂ ਚਾਹੀਦੀਆਂ ਕਮੈਨ ਤੇ ਇਹ ਤਾਂ ਗਲਤ ਗੱਲ ਆ ਮੈਂ ਆਪਣੇ ਦੇਖ ਲ ਸ਼ੈੱਡ ਵਿੱਚ ਬਾਈ ਹੇਡਾਂ ਪੈ ਜਾਂਦੇ ਹੁਣ ਆ ਕੇ ਹਾਂ ਸ਼ੈੱਡ ਜੋ ਤਾਂ ਜਾਂਦਾ ਪਰ ਠੀਕ ਆ ਹੈਲਪਰ ਦਾ ਹੀ ਕੰਮ ਹੁੰਦਾ ਦੇਖ ਲਓ ਹੈਲਪਰ ਦਾ ਲੱਗੇ ਵੇ ਹੈਲਪਰ ਮੈਂ ਜਾਂ ਖਾਲ ਜੀ ਟਪੋਣ ਲੱਗਿਆ ਮੈਂ ਕਿਹਾ ਹੌਲੀ ਜੇ ਟਪਾਵਾਂ ਲੋ ਜੇ ਲਾ ਕੇ ਟਪਾਇਆ ਫੇਰ ਮੈਂ ਪਹਿਲਾਂ ਡਰ ਜਾ ਲੱਗਦਾ ਟਪਾਉਣ ਚ ਡਬਲ ਸਾਈਡ ਵਾਲਾ ਗੰਨਾ ਉਹ ਬਹੁਤ ਵਧੀਆ ਫੁੱਟਿਆ ਵਾ ਡਬਲ ਵਾਲਾ ਜਗਦੀਪ ਦਾ ਆਹ ਸਿੰਗਲ ਵਾਲਾ ਆ ਵੀ ਠੀਕ ਹੈ ਪਰ ਉਹ ਐ ਲੱਗਦਾ ਵੀ ਬਹੁਤ ਵਧੀਆ ਉਹ ਡਬਲ ਸਾਈਡ ਆ ਉਹ ਜਿਹੜੇ ਸਾਈਡ ਤੇ ਆਈ ਆ ਉਹ ਦੇਖ ਕਿੰਨਾ ਵਧੀਆ ਗੰਨਾ ਹੋਇਆ ਹੈ ਹਲਾ ਇਹ ਗਏ ਪਤਾ ਨਾ ਉਹਦਾ ਵਿੱਚ ਕੰਮ ਕਰ ਰਿਹਾ ਥੱਲੇ ਗਿਰਿਆ ਪਤਾ ਚਲੋ ਆ ਕੇ ਖੋਲੀ ਹੁਣ ਕਟਰ ਪਹਿਲਾਂ ਆਪਣਾ ਮੇਰੋ ਫੋਰਮੈਨ ਜੀ ਨੂੰ ਲਓ ਸਰ ਤੁਰ ਪਿਆ ਮੈਂ ਕਿਹਾ ਅੱਛਾ ਤੁਰ ਪਿਆ
ਹੋਰ ਕੋਈ ਤੰਗੀ ਤਾਂ ਨਹੀਂ ਆਈ ਬਾਈ? ਤੰਗੀ ਜਮਾ ਨੀ ਆਈ, ਤੰਗੀ ਤਾਂ ਆਉਣੀ ਹੱਦ ਹੋਈ ਆ। ਮਨਰਾਜ ਠੀਕ ਆ? ਮਨਰਾਜ ਠੀਕ ਆ, ਮਨਰਾਜ ਮਾਰਦੀ ਆਠ ਏ, ਉਹ ਤਾਂ ਜਾਂਦੀ ਯਾਰ ਕੂਕਾਂ ਮਾਰਨ ਲੱਗੀ ਮੈਨੂੰ ਦੇਖ ਕੇ। ਲੈ ਫਿਰ ਕਿਆ ਘਰ ਚ ਘੁਮਾਈ ਜਾਂਦੇ ਆ, ਬਾਹਰ ਨੀ ਕੋਈ ਘੁਮਾਉਣ ਜਾਂਦਾ। ਮੈਂ ਗੱਡੀ ਮੈਂ ਬਿਠਾ ਕੇ ਘੁਮਾਉਂਦਾ ਫਿਰੀ ਜਾਂਦਾ ਉਹਨੂੰ। ਠੀਕ ਆ, ਇਹ ਤਾਂ ਹਿਲਾਲੀ ਪ੍ਰਧਾਨ ਉਹ ਨੀ ਟੱਸ ਮਾਰਦਾ, ਪਰ ਹੁਣ ਲੱਗ ਜਾਣਾ ਉਹਨੇ, ਹੁਣ ਤਾਂ ਨਿਆਣੀ ਦੀ ਹੁਣ ਤਾਂ ਘੁੰਮਣ ਲੱਗ ਜਾਣਾ ਉਹਨੇ, ਕਤਲ ਲੈਣੀ ਦੇਖੀ। ਪ੍ਰਧਾਨ ਜੀ, ਪ੍ਰਧਾਨ ਨੇ ਤੇਰੀ ਕਰਮਾ ਲਾ ਦਿੱਤੀਆਂ ਬਾਈ, ਹੈ ਅੰਬਾਲੀ ਮੋਟਰ ਦੇ ਕੋਲ ਆ ਬਿਲਕੁਲ, ਉੱਧਰ ਆਪਣੇ ਖੇਤ ਆ, ਇੱਧਰ ਇਹਨਾਂ ਦੇ ਆ ਸਾਹ ਵਾਲੇ, ਉਹ ਅੰਬਾਲੀ ਮੋਟਰ ਆਪਣੀ ਰਾੜੀ ਪਈ ਆ। ਦੂਰ ਤੇ ਦੇਖ ਲਈ ਅੱਖ ਤੇ, ਬਾਜ ਵਾਲੀ ਅੱਖ ਨਾਲ ਕਰੀਏ ਚੈੱਕ, ਵੀਡੀਓ ਚ ਨੀ ਨਾ ਦਿਖੀ। ਕਣਕ ਦਾ ਪਈਆ ਸਾਫ, ਬਿਲਕੁਲ ਸਾਫ। ਡਰਮ ਵਾਲੀ ਕਣਕ ਆ ਸਿੱਧੀ, ਉਹ ਸਾਫ ਆ ਮਖਾ ਬਿਲਕੁਲ। ਬਸ ਇਹਦੇ ਬਾਅਦ ਨਹੀਂ ਜਾਣਾ ਕਿਤੇ, ਸਿੱਧਾ ਘਰੇ ਕਾਲਾ ਪ੍ਰੈਸ਼ਰ ਜਿਹਾ ਪਾਉਂਦਾ, ਕਹਿੰਦਾ ਕੁਛ ਕਰਨਾ ਮੈਂ ਵੀ ਅੱਜ। ਮਾਂ ਭਾਈ ਗੱਲ ਠੀਕ ਨੀ, ਗੱਲ ਹੁਣ ਕਰਦੇ ਨਾਲੇ, ਅਸੀਂ ਵੀ ਵਿਹਲੇ ਹੀ ਆ। ਅੱਜ ਤਾਂ ਤੁਹਾਨੂੰ ਕਹਿੰਦੇ ਆ ਕਰ ਲਓ ਪਾਰਟੀ,
ਲੱਖ ਸਬਸਕ੍ਰਾਈਬਰ ਆਉਣ ਵਾਲਾ ਹੋ ਗਿਆ ਹੁਣ, ਫਿਰ ਥੋੜੇ ਜਿਹੇ ਰਹਿ ਗਏ ਬਾ ਹੋ ਜਾਓ, ਫਿਰ ਤਗੜੀ ਉਹ ਕਰਦੇ ਇਕੱਠੀ ਉਹ ਵੀਡੀਓ ਨਹੀਂ ਦੇਖੀ। ਬੰਦਾ ਨਾ ਦਾਰੂ ਪੀਂਦਾ ਤੇ ਲੀਵਰ ਖਰਾਬ ਹੋ ਜਾਂਦਾ, ਡਾਕਟਰ ਕਹਿੰਦਾ ਵੀ ਤਾਂ ਦਾਰੂ ਨਹੀਂ ਪੀਣੀ ਹੈਗੀ, ਵੀ ਜਦ ਪੀਣੀ ਹੈ ਜਦ ਤੱਕ ਕੋਈ ਜ਼ਿਆਦਾ ਪ੍ਰੈਸ਼ਰ ਪਾ ਦੋ, 10 ਦਿਨਾਂ ਬਾਅਦ ਉਹ ਡਾਕਟਰ ਕੋਲ ਚਲੇ ਜਾਂਦਾ। ਡਾਕਟਰ ਕਹਿੰਦਾ ਵੀ ਠੀਕ ਆ, ਵੀ ਮੈਂ ਤਾਂ ਠੀਕ ਆ ਵੀ ਇਹ ਭਾਈ ਸਾਹਿਬ ਪਾਉਣ ਨਾਲ ਦਰਦ ਨਹੀਂ ਪੀਂਦਾ ਵੀ, ਕਹਿੰਦਾ ਨਹੀਂ, ਕਹਿੰਦਾ ਵੀ ਆਹ ਬੰਦਾ ਕੌਣ ਰੱਖਿਆ, ਕਹਿੰਦਾ ਇਹ ਪ੍ਰੈਸ਼ਰ ਪਾਉਣ ਨੂੰ ਕਾਲਾ ਸਾਰੇ ਪ੍ਰੈਸ਼ਰ ਪਾਉਂਦਾ ਵੀ ਤੁਸੀਂ ਆਹ ਕੰਮ ਕਰਨਾ ਵੀ, ਸਾਡਾ 1,00,000 ਸਬਸਕ੍ਰਾਈਬਰ ਕਰ ਦੋ ਅਸੀਂ ਤੁਹਾਨੂੰ ਪਾਰਟੀ ਕਰੂੰਗੇ, ਠੀਕ ਹੈ। ਬਸ 80 ਕੇ ਰਹਿ ਗਏ, ਬਸ 80 ਕੇ ਬਚਨ ਕਰਦੇ ਬਾਬੇ ਨੇ, ਹੋ ਗਏ ਬਸ ਹੋ ਗਏ ਤੇਰੇ ਸ਼ਾਮ ਤੱਕ ਜਾ। ਕਿਹੜਾ ਬਾਬਾ ਇਹ ਆ? ਬਾਬਾ ਹੀ ਲੈ, ਪਤਾ ਲੱਗੇ ਸੀ ਬਾਬੇ ਨੂੰ ਲੋਬੀ ਦੇਖ ਰਹੀ ਹੋਈ ਇਹ ਨਹੀਂ ਨਾ ਉਹ ਕੱਲ ਦੇ ਲਾ ਪ੍ਰਧਾਨ ਮੜੀ ਚੀਜ਼ ਨੇ ਕਿੱਡਾ ਕਾਰਾ ਕਰਾਤਾ ਦੇ ਕਰਾਤਾ ਹੈ, ਮੰਨਦੇ ਨਹੀਂ ਮੇਰੀ ਗੱਲ, ਸਿਆਣੇ ਬੰਦੇ ਮੰਨ ਲਈ ਨਹੀਂ। ਬਸ ਤੈਨੂੰ ਬਾਬਾ ਦੀ ਤੇਰੇ ਬਾਬਾ ਧਰ ਲਿਆ ਸੀ, ਅੱਜ ਮੰਨਦਾ ਹੀ ਨਹੀਂ ਹੈਗੇ ਮੇਰੀ ਗੱਲ। ਹੋਰ ਕੀ ₹720 ਸਵੇਰੇ ਵੜਦੇ ਹੁੰਦੇ ਵੀ 2-2.5 ਕਿੱਲੇ ਆ, ਤੇ ਮੇਰੀ ਸਲਾਹ ਵੀ ਕੱਲ ਨੂੰ ਕਿਤੇ ਹੋਰ ਭੇਜਣੀ ਆ ਇਹ 5-10 ਕਿੱਲੇ ਆ ਵੀ ਜੇ ਹੁਣੇ ਨਿਬੜ ਜਾਵੇ। ਤਾਂ ਗੁਰਪ੍ਰੀਤ ਨੂੰ ਮੈਂ ਕਿਹਾ ਹਾਲੇ ਹੱਥ ਨਹੀਂ ਟਿਕਦਾ, ਮੈਂ ਪਹਿਲੇ ਗੇੜ 'ਚ ਵੱਢ ਲੈ ਇੰਨੇ ਜਿਹੜੇ ਤਿਆਰ ਗੇੜੇ ਆ, ਜਿਹਨੇ ਮੜਾ ਦੱਸ ਦੇ ਉਹਨੂੰ ਮੜਾ ਆ ਕਹਿੰਦੇ ਹਾਈ ਲਾ ਰਹੀ ਹੈ, ਪੁੱਛਦੇ ਆ ਪਹਿਲਾਂ ਹਾਈ ਕਹਿੰਦੇ ਫਿਰ ਆ ਗਏ ਜਾਓ ਜਾਓ ਲਵਾਓ ਯਾ ਹਾਈ, ਹਾਂ ਠੀਕ ਹੈ ਠੀਕ ਹੈ।
ਆਇਆ ਆ ਖੜ ਕੇ ਆ ਰਿਹਾ ਤਾਂ ਜਿੱਦਾਂ ਜੀਰੀ ਜਾਵੇ ਥੱਲੇ ਗਿਰੀ ਤੂੰ ਕਿਹੜੇ ਚੱਕ ਕੇ ਥੱਲੇ ਗਿਰੀ ਜਾਣਾ ਹੈ ਨਾ ਕਿਤੇ ਰਾਤ ਤੋਂ ਦੇਖਣ ਗਏ ਪਾਪਾ ਰੇਸ ਤਾਂ ਦੇ ਕੇ ਰੱਖਣੀ ਹੁੰਦੀ ਆ ਰੇਸ ਤੇ ਬਿਨਾਂ ਵੀ ਗਿਰੀ ਜਾਂਦੀ ਹੁੰਦੀ ਦਾਣੇ ਫੁੱਲ ਸਪੀਡ ਨਾਲ ਘੱਟ ਰੇਸ ਪਾਓ ਘੱਟ ਨੂੰ ਤੇ ਜੇ ਜ਼ਿਆਦਾ ਰੇਸ ਤੇ ਤਾਂ ਮਾਰ ਲੈਂਦੇ ਨੇ ਅੱਛਾ ਲਓ ਜੀ ਤੇ ਕਟਰ ਵੀ ਖੋਲ ਦਿਆ ਅੱਗੇ ਦੇਖੇ ਗਏ ਆਏ ਆ ਮੈਂ ਪ੍ਰਧਾਨ ਤੇ ਉਹ ਕਣਕ ਨਰਮ ਹੈ ਪ੍ਰਧਾਨ ਕਾਹਨੂੰ ਕਿਸੇ ਦਾ ਨੁਕਸਾਨ ਕਰਨਾ ਆਪਾਂ ਨੇ ਵੱਢੀ ਨਹੀਂ ਦੇਖਣੀ ਹੈਗੀ ਵੀ ਆਪਾਂ ਕਿੱਲੇ ਫਟਾਫਟ ਵੱਢੀ ਜਾਈਏ ਬੰਦੇ ਨੂੰ ਮਾੜੀ ਮੋਟੀ ਸਲਾਹ ਵੀ ਦੇ ਦੀ ਆ ਵੀ ਬਾਈ ਸਾਨੂੰ ਕੁਛ ਨਹੀਂ ਮਰਜ਼ੀ ਆ ਮੇਰਾ ਮਸ਼ੀਨ ਵਿਹਲੀ ਹੋ ਗਈ ਵੱਢ ਦਿੰਦੇ ਹਾਂ ਘਾਟਾ ਡੇਢ ਦੋ ਲਾਉਣੇ ਆ ਹਫ਼ਤੇ ਨਹੀਂ ਵੱਢ ਹੁੰਦੀ ਹਲੇ ਹੈਂ ਹਲੇ ਨਰਮ ਹੈ ਜਿੱਥੇ ਬੜੀ ਬੁੱਟੀਆਂ ਦੀ ਛਾਵਾਂ ਉੱਥੇ ਤਾਂ ਜ਼ਿਆਦਾ ਨਰਮ ਹੈ ਅਤੇ ਉਹ ਵੀ ਵਿੱਚ ਵੀ ਨਰਮ ਹੈ ਪ੍ਰਧਾਨ ਗੱਲ ਬਾਈ ਦੀ ਵੀ ਠੀਕ ਹੈ ਕੋਈ ਕੋਈ ਬੰਨਾਂ ਦਾ ਜਿਹੜੀਆਂ ਮੇਨ ਆ ਉਹ ਤਾਂ ਜਮ੍ਹਾਂ ਹੀ ਪੱਕੀ ਜਿਹਾ ਲੱਗਦੇ ਆ ਉਹ ਦੁਬਾਰ ਤੇ ਕਹਤੇ ਉਹ ਹੀ ਪਿਆ ਉਹ ਹਰੀਆਂ ਮੈਂ ਕਹਿੰਦਾ ਵੀ ਸਾਲੀ ਸੋਕੇ ਵਾਲੀ ਹੋ ਜਾਂਦੀ ਕਣਕ ਵੀ ਸੋਕੇ ਵਾਲੀ ਪੱਕ ਜਾਂਦੀ ਪਹਿਲਾਂ ਨਹੀਂ ਹਾਂ ਵੀ ਉਹ ਬਾਅਦ 'ਚ ਜੰਮੇ ਹੁੰਦੇ ਪਹਿਲਾਂ ਪਾਣੀ ਲਾਏ ਤੇ ਗੁਰਪ੍ਰੀਤ ਪਾਰ ਹੋ ਗਿਆ ਬਾਈ ਪੱਪੂ ਪਾਸ ਹੋ ਗਿਆ ਇਹ ਪੂਰੇ ਪੂਰੇ ਟਾਇਰ ਤੇ ਤੁਹਾਨੂੰ ਦਿਖਾਵਾਂ ਨਾ ਦੇਖੋ ਖਾਲੀ ਕਟਰ ਦੀ ਤਾਂ ਗੱਲ ਵੱਖਰੀ ਬੰਦੇ ਕਰਦੀ ਖਾਲੀ ਦੀ ਤਾਂ ਵੱਖਰੀ ਪੂਰੇ ਪੂਰੇ ਟਾਇਰ ਵੀ ਮਸ਼ੀਨ ਜੇ ਇੱਧਰ ਹੋ ਜਾਵੇ ਇੱਧਰ ਹੁੰਦੀ ਨਾ ਬਸ ਇੱਧਰ ਨੀਵਾਂ ਪੁੱਠਾ ਹੋ ਜਾਵੇ ਬਸ ਇੱਕ ਰੀਲ ਨਹੀਂ ਬਣੀ ਕੱਲ ਥੋੜੀਆਂ ਬਣ ਲਈਆਂ ਕੱਲ ਮੌਕੇ ਪਰ ਬੈਠੇ ਸੀ ਕੱਲ ਰੀਲ ਉਹ ਦੇਖ ਲਓ ਪੈਨ ਮੌਕੇ ਵਾਲਾ ਪਿਆ ਆ ਦੇਖ ਲਓ ਵੀਰੇ ਨੂੰ ਕੀ ਆ ਦੇਖ ਬਈ ਉਹ ਪੈਪ ਵਿੱਚ ਦਾ ਇਹ ਹੁਣ ਐ ਵੀ ਖੁਰਦੀ ਖੁਰਦੀ ਜਿਵੇਂ ਹੁਣ ਪਾਣੀ ਜ਼ਿਆਦਾ ਆਏ ਉਧਰ ਨੂੰ ਆ ਜਾਂਦਾ ਹੁਣ ਦੇਖ ਲਾ ਆਹ ਟਾਇਰ ਕਿੰਨਾ ਗਾਇਆ ਇੱਧਰ ਨੂੰ ਵੀ ਜਗ੍ਹਾ ਹੈ ਨਹੀਂ ਇੱਧਰ ਵੀ ਇੱਥੇ ਦਾ ਇੱਧਰ ਕਿੱਥੇ ਆਇਆ ਆ ਦੇਖ ਲੈ ਪ੍ਰਧਾਨ ਦੱਸ ਆ ਦਬ ਗਿਆ ਉਹਰੇ ਨੂੰ ਦਬ ਗਈ ਆ ਫੇਰ ਮਿੱਟੀ ਤੇ ਇੱਧਰ ਦੇਖ ਲਾ ਮਸੋਂ ਯਾਰ ਟਾਹਣੀ ਵੱਡੀ ਪਹਿਲਾਂ ਵੀ ਵੱਡੀ ਅਸੀਂ ਉਹ ਤਾਂ ਇਹ ਮਸ਼ੀਨ ਨਗੀ ਉਹ ਵੱਡਿਆ ਟਾਣਾ ਜਾ ਅੱਗੇ ਨੂੰ ਆ ਵੀ ਵੱਢ ਹੋ ਗਿਆ ਤਾਂ ਜਾਣੀ ਆ ਦੇਖ ਲਓ ਇੱਥੇ ਪੂਰਾ ਪੂਰਾ ਟਾਇਰ ਤਾਂ ਇਹੋ ਜਿਹੀ ਮਸ਼ੀਨ ਇੱਕ ਵਾਰ ਐਂ ਹੇਠਾਂ ਉਤਰੀ ਵੀ ਪੁੱਠੀ ਹੋ ਜਾਂਦੀ ਜਦੇ
ਜਿੱਧਰ ਗਿਰ ਗਈ ਉਹਦੇ ਸਪੇਟੇ ਫਿਰ ਰਹੇ ਉਧਰ ਦੀ ਗਲਤੀ ਹੋ ਗਈ ਬੰਦੇ ਦੀ ਜਿਹਦੇ ਗਿਰੀ ਵਾਲਾ ਟਾਇਰ ਗਿਰ ਗਿਆ ਹੁਣ ਉਹ ਲੈ ਕੇ ਜਾਣੀ ਅਸੀਂ ਜਿਹੜੇ ਆਹ ਪਾਹੀ ਆ ਜਿਹੜੇ ਆਪਾਂ ਗੰਨੇ ਕੱਢਦੇ ਹੁਣ ਉੱਥੇ ਦੇਖ ਲੈ ਬਸ ਅੱਧੀ ਗੁੱਡੀ ਪਰ ਚੱਲਦੇ ਪ੍ਰਧਾਨ ਪਿਛਲੇ ਟਾਇਰ ਮਸ਼ੀਨ ਦੇ ਆਉਂਦੇ ਆ ਬਾਕੀ ਅੱਧਾ ਅੱਧਾ ਟਾਇਰ ਵਿੱਚ ਖੇਤਾਂ ਦੇ ਹੁੰਦਾ ਸਾਡੇ ਤਾਂ ਵੀ ਸਾਡੇ ਏਰੀਆ ਬਾਈ ਪ੍ਰਧਾਨ ਸਾਡੇ ਪਿੰਡ ਚ ਇੱਕ ਆਹ ਪ੍ਰਧਾਨ ਦੀ ਆ ਬਸ ਆ ਜਿਹੜੀ ਆਹ ਪਹੀ ਪੂਰੀ ਆ ਬਾਕੀ ਹੋਰ ਕੋਈ ਪਹੀ ਪੂਰੀ ਨਹੀਂ ਦੋ ਗੱਠੇ ਦੀ ਤਾਂ ਮੈਂ ਮੋਟਰ ਨੂੰ ਛੱਡਤੀ ਢਾਈ ਗੱਠੇ ਦੀ ਨਹੀਂ ਉਹ ਵੀ ਹੁਣ ਵੀ ਠੀਕ ਆ ਆਪਣੀ ਜਾਂਦੀ ਜਿਹੜੀ ਨਾ ਨਾ ਉਹ ਵੀ ਠੀਕ ਆ ਨਹੀਂ ਉਹ ਵੀ ਗੱਲ ਕਹਿੰਦਾ ਬਾਈ ਮੈਂ ਤੁਹਾਡੇ ਵਾਲੀ ਉਹ ਪਹੀ ਨੂੰ ਛੱਡ ਕੇ ਹੋਰ ਕੋਈ ਪਹੀ ਪੂਰੀ ਨਹੀਂ ਹੈਗੀ ਕੱਲ੍ਹ ਚਾਹੀਦੀਆਂ ਪਹੀਆਂ ਪੂਰੀਆਂ ਉਹ ਨਹੀਂ ਬਾਈ ਇਹਦਾ ਗਲਤ ਆ ਕਿ ਵੱਢੂਗੇ ਕਿੱਥੇ ਨੂੰ ਅਸੀਂ ਠੀਕ ਆ ਸੋ ਨੁਕਸਾਨ ਚਲੋ ਇਹ ਤਾਂ ਚੱਲ ਇਹ ਤਾਂ ਕਿਸੇ ਦਾ ਵੀ ਹੋ ਸਕਦਾ ਜਿਹੜੇ ਬੰਦੇ ਹੁਣ ਅੱਕਣ ਵਾਲੇ ਦਾੜੇ ਰੋਜ਼ ਦੇ ਲੰਘਣੇ ਵਾਲੇ ਯਾਰ ਉਹਨਾਂ ਦਾ ਵੀ ਹੋਸਲਾ ਕੋ ਹੋ ਸਕਦਾ ਕਿੰਨਾ ਨੀਵਾਂ ਖੇਤ ਆ ਬਾਈ ਸੋਚਣਾ ਚਾਹੀਦਾ ਰਸਤੇ ਰੁਸਤੇ ਨਹੀਂ ਬਾਈ ਦੇਖ ਲਓ ਠੀਕ ਆ ਬਾਈ ਜੀ ਮਿਲਦੇ ਆ ਕਿਸੇ ਹੋਰ ਵੀਡੀਓ